भुखे पेट बेचारे लोग दूरों दूरों आते हैं, जो सैंपल ले लेंगे टेस्ट कराने आते हैं, उस तो बाद फिर खाने तो चाहिए कोई बहना भी पैदा रिपोर्ट मिलने तक। फिर 5 किलो आटे तो शुरू किया काम, फिर हौली हौली जिमें जिमें हस्पताल वधी गया, जिमें जिमें डॉक्टर वधी गए है, जिमें जिमें मरीज वधी जाते हैं। ਇਹ ਜੀ ਜਦੋਂ ਏਮਜ ਹਸਪਤਾਲ ਦੀ ਬੁਨਿਆਦ ਰੱਖੀ ਹੈ, ਨੀਂਹ ਪੱਥਰ ਰੱਖਿਆ ਇਹਦਾ, ਉਦੋਂ ਤੋਂ ਥੋੜ੍ਹਾ ਜਿਹਾ ਮਨ ਦੇ ਵਿੱਚ ਆਉਣ ਲੱਗ ਗਿਆ ਸੀ। ਫਿਰ ਸ਼ੁਰੂ ਕੀਤਾ ਜਦੋਂ ਓ ਪੀ ਡੀ ਬਣੀ ਹੈ, ਚੱਲੀ ਹੈ, ਉਸ ਤੋਂ ਥੋੜ੍ਹੇ ਦਿਨ ਬਾਅਦ ਆ, 10-15-20 ਦਿਨ ਬਾਅਦ ਆ, ਲੋਕ ਤੰਗ ਹੁੰਦੇ ਸੀ ਇੱਥੇ ਚਾਹ ਪਾਣੀ ਤੋਂ ਬਹੁਤ ਜ਼ਿਆਦਾ, ਖਾਣ ਪੀਣ ਨੂੰ ਕੁਛ ਹੈ ਨਹੀਂ ਸੀ। ਫਿਰ ਉਦੋਂ ਇਹ ਮਨ 'ਚ ਵਿਚਾਰ ਆਇਆ ਕਿ ਇਹ ਕੰਮ ਚਾਹ ਦਾ ਸ਼ੁਰੂ ਕਰਨਾ, ਪਹਿਲਾਂ ਚਾਹ ਦਾ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਫਿਰ ਲੰਗਰ ਬਣਾਉਣ ਲੱਗੇ। ਫਿਰ 5 ਕਿਲੋ ਆਟੇ ਤੋਂ ਸ਼ੁਰੂ ਕੀਤਾ ਸੀ ਕੰਮ, ਫਿਰ ਹੌਲੀ ਹੌਲੀ ਜਿਵੇਂ ਜਿਵੇਂ ਹਸਪਤਾਲ ਵਧੀ ਗਿਆ, ਜਿਵੇਂ ਜਿਵੇਂ ਡਾਕਟਰ ਵਧੀ ਗਏ ਹੈ, ਅਤੇ ਜਿਵੇਂ ਜਿਵੇਂ ਫਿਰ ਮਰੀਜ਼ ਵਧੀ ਜਾਂਦੇ ਆ, ਹੁਣ ਹਜ਼ਾਰਾਂ ਦੀ ਗਿਣਤੀ 'ਚ ਹੀ ਛਕਦੇ ਆ ਲੰਗਰ। ਇੱਥੇ ਹੋਰ ਨੇੜੇ ਤੇੜੇ ਕੋਈ ਜਗ੍ਹਾ ਨਹੀਂ, ਖਾਣ ਪੀਣ ਨੂੰ ਜਗ੍ਹਾ ਨਹੀਂ, ਏਮਜ ਦੀ ਕੰਟੀਨ ਵੀ ਨਹੀਂ ਖੁੱਲ੍ਹੀ, ਉਹ ਵੀ ਬੜੀ ਦਿੱਕਤ ਹੈ। ਅਤੇ ਭੁੱਖੇ ਪੇਟ ਵਿਚਾਰੇ ਲੋਕ ਦੂਰੋਂ ਦੂਰੋਂ ਆਉਂਦੇ ਆ, ਉਹ ਜਦੋਂ ਸੈਂਪਲ ਲੈ ਲੈਂਦੇ ਆ ਟੈਸਟ ਕਰਾਉਣ ਆਉਂਦੇ ਆ ਭੁੱਖੇ ਪੇਟ, ਉਸ ਤੋਂ ਬਾਅਦ ਫਿਰ ਖਾਣ ਨੂੰ ਤਾਂ ਚਾਹੀਦਾ ਕੋਈ ਬਹਿਣਾ ਵੀ ਪੈਂਦਾ ਰਿਪੋਰਟ ਮਿਲਣ ਤੱਕ। ਤਾਂ ਇਹ ਫਿਰ ਮਨ ਦੇ ਵਿੱਚ ਹੀ ਆਇਆ ਵੀ ਇਹ ਸਭ ਤੋਂ ਵੱਡੀ ਸੇਵਾ ਹੈ, ਜੇ ਲੰਗਰ ਦੀ ਸੇਵਾ ਸ਼ੁਰੂ ਕਰੀ, ਫਿਰ ਕੀਤੀ ਹੈ ਜਿਹੜੀ ਚੱਲਦੀ ਹੈ। ਹੁਣ 2.5 ਸਾਲ ਹੋ ਗਏ ਸਾਨੂੰ, ਨਿਰੰਤਰ ਸੇਵਾ ਚੱਲੀ ਜਾਂਦੀ ਹੈ, 24 ਹਰ ਰੋਜ਼ ਇੱਕ ਦਿਨ ਵੀ ਨਾਗਾ ਨਹੀਂ। ਰਾਸ਼ਨ ਪਾਣੀ ਪਹਿਲਾਂ ਤਾਂ ਬਹੁਤ ਥੋੜ੍ਹਾ ਲੱਗਦਾ ਸੀ, ਹੁਣ ਜਿਵੇਂ ਜਿਵੇਂ ਲੋਕ ਵੱਧਦੇ ਆ, ਹੁਣ ਹਜ਼ਾਰਾਂ ਬੰਦਿਆਂ ਦਾ ਭੋਜਨ ਬਣਨਾ, ਤਾਂ ਰਾਸ਼ਨ ਤਾਂ ਫਿਰ ਲੱਗਣਾ ਹੀ ਹੈ। ਜਿਵੇਂ ਹੁਣ 2 ਕੁਇੰਟਲ ਤੋਂ ਉੱਪਰ ਹੀ ਆਟਾ ਲੱਗ ਜਾਂਦਾ, ਅਤੇ ਦਾਲ ਲੱਗ ਜਾਂਦੀ ਹੈ ਕਾਫੀ 2 ਘੰਟਿਆਂ ਦੇ ਕਰੀਬ। ਪਰਿਵਾਰਕ ਜੋ ਦੁਰਘਟਨਾਏ ਹੋਈ ਐਕਸੀਡੈਂਟਲ ਹੋਏ ਹੈ, ਤਾਂ ਪਰਿਵਾਰ ਕੇ ਕਾਫੀ ਸਦੱਸੋਂ ਕਾ ਨਾ ਨੁਕਸਾਨ ਹੋ ਗਿਆ, ਤੋ ਇਸੀਲੀਏ ਹਮਨੇ ਸੋਚਾ ਕਿ ਜੇ ਜੋ ਜ਼ਮੀਨ ਜਾਇਦਾਦ ਹੈ ਕੋਈ ਪੁੰਨ ਦਾਨ ਕਰੇ, ਹਮਾਰੀ ਜ਼ਮੀਨ ਸਾਥ ਮੇਂ ਬਗਲ ਮੇਂ ਪੜਤੀ ਹੈ ਨਾਲ ਹੀ, ਤੋ ਹਮਨੇ ਜਹਾਂ ਗੁਰਦੁਆਰਾ ਬਣਾਇਆ, ਗੁਰਦੁਆਰਾ ਬਣਾ ਕੇ ਜਹਾਂ ਪਰ ਇਹ ਸੋਚਾ ਕਿ ਲੋਕੋਂ ਕੀ ਸੇਵਾ ਕਰਨੀ ਹੈ, ਆਪਣਾ ਜੋ ਵੀ ਜਿਤਨੀ ਵੀ ਪ੍ਰੋਪਰਟੀ ਥੀ ਹਮਨੇ ਤੋ ਬਾਬੇ ਨਾਨਕ ਕੋ ਸੌਂਪ ਦੀ, ਗੁਰਦੁਆਰਾ ਕੋ ਸੌਂਪ ਦੀ, ਔਰ ਗੁਰਦੁਆਰਾ ਕੇ ਸਾਥ ਸਾਥ ਹਮ ਜਹਾਂ ਪਰ ਗੁਰਦੁਆਰਾ ਬਣਾਇਆ, ਇੱਕ ਲੋਕੋ ਕੇ ਲੀਏ ਸਰਾਏ ਬਣਾਏਗੇ, ਲੰਗਰ ਪਾਣੀ ਕੀ 2400 ਘੰਟਾ ਵਿਵਸਥਾ ਕਰੇਗੇ, ਕਿਸੀ ਕੋ ਪਰੇਸ਼ਾਨੀ ਨਹੀਂ ਆਨੇ ਦੇਗੇ। ਤੋ ਹਮਨੇ ਯੇ ਸੋਚਾ ਹੈ ਕਿ ਸਾਥ ਮੇਂ ਜ਼ਮੀਨ ਹੈ, ਤੋ ਬਾਬੇ ਨਾਨਕ ਕੋ ਸਮਰਪਿਤ 550 ਕਮਰੇ ਕੀ ਹਮਨੇ ਸਰਾਏ ਬਣਾਨੇ ਹੈ, ਤੋ ਜਿਸ ਮੇਂ ਜੋ ਵੀ ਹੋ, ਮਜਲੂਮ ਹੋ, ਤਗੜਾ ਹੋ, ਅਮੀਰ ਹੋ, ਗਰੀਬ ਹੋ, ਸਭੀ ਕੋ ਵਧੀਆ ਕਮਰੇ ਪ੍ਰੋਵਾਈਡ ਕਰੇਗੇ, ਸਭੀ ਕੋਈ ਯਹਾਂ ਪਰ ਖਾਣਾ ਪਾਣੀ ਰਹਿਣੇ ਬਹਿਣੇ ਕਾ ਪ੍ਰੋਗਰਾਮ ਸਭੀ ਕੋ ਇਹ ਕਰੇਂਗੇ, ਔਰ ਆਪਣਾ ਜੀਵਨ ਮੈਂ ਸਾਰਾ ਇਹ ਲੋਕੋਂ ਕੀ ਸੇਵਾ ਮੇਂ ਲਗਾ ਦੂੰਗਾ।